ਰਣਜੋਤ ਸਿੰਘ ਦੇ ਟੋਟਕੇ। ਜੇ ਸਵਰਗ ਜਾਣਾ ਹੈ ਤਾਂ ਮਾਂ ਦੀ ਪੈਰ ਘੁੱਟੋ, ਚਾਹੇ ਤੁਹਾਡੀ ਮਾਂ ਹੋਵੇ ਜਾਂ ਤੁਹਾਡੇ ਬੱਚਿਆਂ ਦੀ। ਜੇ ਤੁਹਾਡੇ ਰਾਹ 'ਚ ਕੋਈ ਟੋਏ ਪੁੱਟਦਾ ਹੈ, ਕਿੱਲਾਂ ਠੋਕਦਾ ਹੈ, ਕੋਈ ਚੱਕਰ ਨਹੀਂ, ਉਹ ਤੁਹਾਨੂੰ ਛਾਲ ਮਾਰਨਾ ਸਿਖਾ ਰਿਹਾ। ਨਕਲੀ ਦੰਦ ਲਵਾਉਣ ਲਈ ਵੀ ਅਸਲੀ ਪੈਸੇ ਦੇਣੇ ਪੈਂਦੇ ਨੇ। ਰੱਬ ਦੇ ਦਿੱਤੇ ਅਸਲੀ ਦੰਦਾਂ ਦੀ ਸੰਭਾਲ ਰੱਖੋ, ਹੱਸਣ ਦੇ ਵੀ ਕੰਮ ਆਉਂਦੇ ਨੇ। ਖੁਸ਼ੀ ਦਾ ਕੀ ਹੈ, ਇਹ ਤਾਂ ਕਈਆਂ ਨੂੰ ਆਪਣੇ ਵਾਂਗ ਪਰੇਸ਼ਾਨ ਵੇਖ ਕੇ ਵੀ ਮਿਲ ਜਾਂਦੀ ਹੈ। ਸਾਰੇ ਕਹਿੰਦੇ ਨੇ ਹੋਰ ਸੁਣਾਓ, ਅਤੇ ਜਦੋਂ ਸੁਣਾ ਦਈਏ ਫਿਰ ਔਖੇ ਹੋ ਜਾਂਦੇ ਨੇ। ਕੁਝ ਗੱਲਾਂ ਤੋਂ ਅਣਜਾਣ ਰਹਿਣਾ ਚੰਗਾ ਏ, ਕਦੇ ਕਦੇ ਸਭ ਕੁਝ ਜਾਣ ਲੈਣਾ ਵੀ ਤਕਲੀਫ ਦਿੰਦਾ। ਬਿਨਾਂ ਸੰਘਰਸ਼ ਤੋਂ ਕੋਈ ਮਹਾਨ ਨਹੀਂ ਬਣਦਾ, ਬਿਨਾਂ ਤਰਾਸ਼ਿਆਂ ਪੱਥਰ ਵੀ ਭਗਵਾਨ ਨਹੀਂ ਬਣਦਾ। ਝੁੱਕੇ ਜਿਹੜਾ ਤੁਹਾਨੂੰ ਮਿਲਦਾ ਹੋਏਗਾ, ਯਕੀਨਨ ਉਹਦਾ ਕੱਦ ਤੁਹਾਡੇ ਤੋਂ ਉੱਚਾ ਹੋਏਗਾ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸ਼ੁਭ ਚਿੰਤਕ ਉਹ ਹੁੰਦੇ ਨੇ ਜਿਹੜੇ ਤੁਹਾਡਾ ਸ਼ੁਭ ਹੁੰਦਾ ਵੇਖ ਕੇ ਚਿੰਤਤ ਹੋ ਜਾਂਦੇ ਨੇ। ਜਦੋਂ ਅਸੀਂ ਗੁੱਸੇ 'ਚ ਜਲਦੇ ਹਾਂ ਤਾਂ ਉਹਦਾ ਧੂੰਆਂ ਸਾਡੀਆਂ ਅੱਖਾਂ ਵਿੱਚ ਵੀ ਪੈਂਦਾ ਹੈ। ਧੰਨਵਾਦ।